ਤਣਾ ਹੈਗਾ ਕਿ ਇਹਦੇ ਬਾਰੇ ਪ੍ਰਸ਼ਾਸਨ ਨੇ ਜਿਹੜਾ ਮੈਸੇਜ ਪਹਿਲਾਂ ਆਇਆ ਸੀ 50 50 ਦਾ uh, 50% ਜਿਹੜੀਆਂ ਦੁਕਾਨਾਂ ਜਿਹੜੀਆਂ ਹੈਗੀਆਂ ਖੁੱਲਣਗੀਆਂ ਉਹਦੇ ਵਿੱਚ ਚਾਹੇ ਸੀ ਏ ਬੀ ਸੈਕਸ਼ਨ ਕਰਕੇ ਖੋਲਿਏ ਚਾਹੇ ਸੀ ਲੈਫਟ ਰਾਈਟ ਕਰਕੇ ਖੋਲਿਏ ਹਰ ਜਗ੍ਹਾ ਤੇ ਅਸੀਂ ਸੰਬੰਧਤ ਐਸ ਐਚਓ ਏ ਸੀ ਪੀਜ਼ ਨੂੰ ਇਸ ਸੰਬੰਧ ਦੇ ਵਿੱਚ ਅਸੀਂ ਬਰੀਫ ਕਰ ਦਿੱਤਾ ਹੈਗਾ ਉਹ ਉਸ ਜਗ੍ਹਾ ਦੀ ਐਸੋਸੀਏਸ਼ਨ ਵਗੈਰਾ ਵਾਲਿਆਂ ਨਾਲ ਗੱਲ ਕਰਕੇ ਉਸ ਮਾਰਕੀਟ ਐਸੋਸੀਏਸ਼ਨ ਨਾਲ ਉਹਨਾਂ ਦੇ ਪ੍ਰਧਾਨਾਂ ਨਾਲ ਗੱਲ ਕਰਕੇ ਜਿਹੜੇ ਹੈਗਾ ਲੈਫਟ ਰਾਈਟ ਜਾਂ ABC ਦੇ ਹਿਸਾਬ ਨਾਲ ਜਿਹੜੀਆਂ 50% ਜਿਹੜੀਆਂ ਦੁਕਾਨਾਂ ਖੁੱਲਣਗੀਆਂ ਮੈਂ ਲੋਕਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਹੈਗਾ ਕਿ ਕਿਸੇ ਵੀ ਸੋਸ਼ਲ ਮੀਡੀਆ ਤੇ ਜੋ ਕੋਈ ਉਹਨਾਂ ਕੋਲੇ ਇਦਾਂ ਦੀ ਇਨਫੋਰਮੇਸ਼ਨ ਆਉਂਦੀ ਹੈਗੀ ਆ ਉਹ ਬਿਲਕੁਲ ਗਲਤ ਹੈ ਕਿ ਕਿਸੇ ਵੀ ਇਸ ਤੋਂ ਵੱਧ ਅਸਰ ਰਿਲੈਕਸੇਸ਼ਨ ਨਹੀਂ ਦੇ ਸਕਦੇ ਜਿਹੜੇ 50% ਸਰਕਾਰ ਦਾ ਹੁਕਮ ਹੈ ਸਾਨੂੰ ਸਾਰਿਆਂ ਨੂੰ ਉਹਦੀ ਪਾਲਣਾ ਕਰਨੀ ਚਾਹੀਦੀ ਆ ਤਾਂ ਜੋ ਇਸ ਸੀਐਸ ਕੋਰੋਨਾ ਵਾਇਰਸ ਦੀ ਚਪੇਟ ਤੋਂ ਆਉਣ ਤੋਂ ਬਚ ਸਕੀਏ ਜਿਹੜੀਆਂ ਹਦਾਇਤਾਂ ਆ ਰਹੀਆਂ ਹੈਗੀਆਂ ਜਿਸ ਤਰ੍ਹਾਂ ਮਾਸਕ ਪੈਨਣਾ ਜ਼ਰੂਰੀ ਆ ਔਰ ਦੁਕਾਨਦਾਰ ਜਿਹੜਾ ਸੋਸ਼ਲ ਡਿਸਟੈਂਸਿੰਗ ਜਿਹੜੀ ਹੈਗੀ ਹੈ ਮੇਨਟੇਨ ਕਰਕੇ ਰੱਖੇ ਆਪਣੀ ਜਿਹੜੀ ਸ਼ਾਪਸ ਹੈਗੀਆਂ ਉੱਥੇ ਬਕਾਇਦਾ ਉਹਨਾਂ ਦੇ ਜਿਹੜੇ ਸਾਈਨ ਲੱਗੇ ਹੋਣ ਕਿ ਜਿਹੜੇ ਇੱਕ ਤੋਂ ਦੂਸਰੇ ਵਿਅਕਤੀ ਤੇ ਜਿਹੜੀ ਦੂਰੀ ਆ ਉਹ 6 ਫੁੱਟ ਦਾ ਜਿਹੜਾ ਉਹ ਫਾਸਲਾ ਬਣਾ ਕੇ ਰੱਖੇ ਤਾਂ ਜੋ ਜਿਹੜਾ ਅਸੀਂ ਇਸ ਵਾਇਰਸ ਤੋਂ ਬਚ ਸਕੀਏ ਔਰ ਆਪਣਾ ਜਿਹੜਾ ਕੋਈ ਵੀ ਵਿਅਕਤੀ ਆਉਂਦਾ ਹੈਗਾ ਪ੍ਰੋਪਰ ਜਿਹੜਾ ਉਹਦੇ ਹੈਂਡ ਜਿਹੜੇ ਸੈਨੀਟਾਈਜ਼ ਕੀਤੇ ਹੋਣੇ ਚਾਹੀਦੇ ਆ ਔਰ ਮੈਂ ਆਮ ਪਬਲਿਕ ਨੂੰ ਵੀ ਇਹ ਹੀ ਨਵੇਦਨ ਕਰਨਾ ਚਾਹੁੰਦਾ ਹੈਗਾ ਕਿ ਸਾਨੂੰ ਅਨਨੈਸੈਸਰੀਲੀ ਜਿਹੜਾ ਹੈਗਾ ਕਰਾਊਡ ਨਹੀਂ ਕਰਨਾ ਚਾਹੀਦਾ ਆਪਣੀ ਵਾਰੀ ਸਿਰ ਆਪਣੀ ਲਾਈਨਾਂ ਬਣਾ ਕੇ ਰੱਖੋ ਔਰ ਇੱਕ ਗਾਹ ਤੋਂ ਦੂਸਰੇ ਗਾਹ ਦੀ ਜਿਹੜੀ ਵਿੱਥ ਬਣਾਣੀ ਸਾਡੇ ਲਈ ਬੜੀ ਜ਼ਰੂਰੀ ਆ ਤਾਂ ਜੋ ਜਿਹੜਾ ਅਸੀਂ ਇਸ ਵਾਇਰਸ ਤੋਂ ਬਚ ਸਕੀਏ ਸਾਡੀ ਆਪਸ ਦੇ ਵਿੱਚ ਜਿਹੜਾ ਹੈਗਾ ਕਿਉਂਕਿ ਬੜੇ ਤੇਜ਼ੀ ਨਾਲ ਹੁਣ ਪਿਛਲੇ ਦਿਨਾਂ ਤੋਂ ਜਿਹੜੇ ਪੇਸ਼ੈਂਟ ਵਧੇ ਆ ਇਸ ਕਰਕੇ ਜਿਹੜਾ ਹੈਗਾ ਸੈਟਰਡੇ ਸੰਡੇ ਦਾ ਲਾਕਡਾਊਨ ਇੰਨਾ ਸ਼ਹਿਰਾਂ ਦੇ ਵਿੱਚ ਕੀਤਾ ਗਿਆ ਹਮਦਰ ਸ਼ਹਿਰ ਦੇ ਵਿੱਚ ਕੀਤਾ ਗਿਆ ਅਸੀਂ ਪ੍ਰੋਪਰ ਜਿਹੜਾ ਹੈਗਾ ਇਹ ਆਪਣੇ ਇਹ ਹਦਾਇਤਾਂ ਦੀ ਜਿਹੜੀ ਪਾਲਣਾ ਕਰੀਏ ਤਾਂ ਜੋ ਜਿਹੜਾ ਹੈਗਾ ਅਸੀਂ ਜਿਹੜਾ ਇਸ ਨੂੰ ਰੋਕਿਆ ਜਾ ਸਕੇ ਸਰ ਜਿਵੇਂ ਤੁਸੀਂ ਇਹ ਉਥੋਂ ਦੇ ਸਬੰਧਤ ਗੈਸਟਿਡ ਆਫਿਸਰ ਉਨਾਂ ਦੇ ਐਸਪੀ ਸਮਾਨ ਡੀਐਸਪੀ ਸਮਾਨ ਐਸਐਚਓ ਉਹਨਾਂ ਨੇ ਆਲਰੇਡੀ ਵਰਕਆਊਟ ਕੀਤਾ ਕਿਉਂਕਿ ਜਿਹੜੇ ਪਹਿਲਾਂ ਵੀ ਸਾਡੇ ਜਿਹੜਾ ਏਬੀਸੀ ਤੇ ਲੈਫਟ ਰਾਈਟ ਦੇ ਹਿਸਾਬ ਦੇ ਨਾਲ ਜਿਹੜੇ ਹੈਗੇ ਆ ਆਲਰੇਡੀ ਸਾਡੀਆਂ ਜਿਹੜੀਆਂ ਸ਼ਾਪਸ ਜਿਹੜੀਆਂ ਖੁੱਲੀਆਂ ਸੀ ਜਦੋਂ ਸ਼ੁਰੂ ਵਿੱਚ ਲਾਕਡਾਊਨ ਖੁੱਲਿਆ ਸੀਗਾ ਅਸੀਂ ਇਹਦੇ ਬਾਰੇ ਵਰਕਆਊਟ ਕੀਤਾ ਹੋਇਆ ਕਿਹੜਾ ਸਾਈਡ ਤੇ ਅਸੀਂ ਏਬੀਸੀ ਦੇ ਹਸਾਬ ਨਾਲ ਖੋਲਣਾ ਤੇ ਕਿਹ ਕਿਹ ਸਾਈਡ ਜਿਹੜੀ ਅਸੀਂ ਲੈਫਟ ਰਾਈਟ ਦੇ ਹਿਸਾਬ ਨਾਲ ਖੁੱਲ੍ਹਣੀ ਹੈ ਜੜੀਆਂ ਹੈ ਇਹਦੇ ਵਿੱਚ ਗਾਈਡਲਾਈਨਸ ਇਹੀ ਆ ਕਿ ਕੋਈ ਵੀ ਜਗਾ ਤੇ ਹੈਗਾ 50% ਦੇ ਹਿਸਾਬ ਨਾਲ ਜੜੀਆਂ ਹੈਆਂ ਇਹ ਜੜੀਆਂ ਸ਼ਾਪਸ ਖੁੱਲਣਗੀਆਂ ਉਹ ਉਹਦੇ ਵਿੱਚ ਜਿਹੜਾ ਹੈਗਾ ਕੋਈ ਵੀ ਬਾਜ਼ਾਰ ਦੇ ਵਿੱਚ ਜੜੀਆਂ ਕੋਈ ਐਸੈਂਸ਼ੀਅਲ ਆਈਟਮਸ ਹੈਆਂ ਉਹਦੇ ਵਿੱਚ ਜੜੀਆਂ ਹੈਆਂ ਜੜੀਆਂ ਤੁਹਾਡੀਆਂ ਜੜੀਆਂ ਸ਼ਾਪਸ ਹੈਆਂ ਉਹ ਖੁੱਲੀਆਂ ਰਹਿ ਸਕਦੀਆਂ ਹੈਗੀਆਂ ਜਾਂ ਸਟੈਂਡ ਲੋਨ ਸ਼ਾਪ ਆ ਕੋਈ ਮਹੱਲੇ ਦੇ ਵਿੱਚ ਇੱਕ ਦੁਕਾਨ ਇਕੱਲੀ ਕਰੀ ਦੁਕਾਨ ਹੈਗੀ ਆ ਉਹ ਖੁੱਲ ਸਕਦੀ ਮੈਂ ਇਹੀ ਕਹਿਣਾ ਚਾਹੁੰਦਾ ਹੈਗਾ ਕਿ ਸਾਡੇ ਹੈਲਥ ਡਿਪਾਰਟਮੈਂਟ ਨੇ ਹਰ ਜਗ੍ਹਾ ਤੇ ਸਾਡੇ ਸੈਕਟਰ ਆਫੀਸਰ ਵੀ ਜਿਹੜੇ ਉਹਨਾਂ ਨੂੰ ਲੋਕਾਂ ਨੂੰ ਸੈਂਸਿਟਾਈਜ਼ ਕਰਦੇ ਰਹਿੰਦੇ ਸਮੇਂ ਸਮੇਂ ਤੇ ਔਰ ਹੈਲਥ ਡਿਪਾਰਟਮੈਂਟ ਜਿਹੜੀਆਂ ਬੜੀਆਂ ਐਫਰਟਸ ਕਰ ਰਿਹਾ ਹੈਗਾ ਇਸ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਸਾਡੇ ਕਾਰਪੋਰੇਸ਼ਨ ਡਿਪਾਰਟਮੈਂਟ ਵੱਲੋਂ ਵੀ ਜਿਹੜੇ ਆ ਅਲੱਗ-ਅਲੱਗ ਏਰੀਆ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈਗਾ ਸਾਨੂੰ ਸਾਰਿਆਂ ਨੂੰ ਮਿਲ ਕੇ ਜਿਹੜਾ ਹੈਗਾ ਇਹਨਾਂ ਵੱਲੋਂ ਦਿੱਤੀਆਂ ਹਦਾਇਤਾਂ ਦੀ ਸਾਨੂੰ ਸਾਰਿਆਂ ਨੂੰ ਪਾਲਣਾ ਕਰਨੀ ਚਾਹੀਦੀ ਜਿਸ ਤਰ੍ਹਾਂ ਕਿ ਮਾਸਕ ਲਾਉਣਾ ਜ਼ਰੂਰੀ ਹੈਗਾ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨੀ ਜ਼ਰੂਰੀ ਹੈਗੀਆ ਆਪਣੇ ਹੱਥ ਜਿਹੜੇ ਆ ਸੈਨੀਟਾਈਜ਼ ਕਰਨੇ ਚਾਹੀਦੇ ਆ ਔਰ ਘੱਟ ਤੋਂ ਘੱਟ ਲੋਕਾਂ ਦੇ ਸਾਨੂੰ ਕੰਟੈਕਟ ਚ ਆਉਣਾ ਚਾਹੀਦਾ ਅਨੈਸੈਸਰੀ ਸਾਨੂੰ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਔਰ ਇੱਕ ਮੈਂ ਤੇ ਹੋਰ ਅਪੀਲ ਕਰਨੀ ਚਾਹੁੰਦਾ ਜਿਸ ਤਰ੍ਹਾਂ ਸਰਕਾਰ ਵੱਲੋਂ ਹਦਾਇਤਾਂ ਆਈਆਂ ਹੈਗੀਆਂ ਕਿ ਜਿਹੜਾ ਮੋਟਰ ਵਹੀਕਲ ਹੈਗਾ ਕੋਈ ਵਹੀਕਲ ਹੈਗਾ ਉਹਦੇ ਵਿੱਚ ਤਿੰਨ ਵਿਅਕਤੀ ਜਿਹੜਾ ਹੈਗੇ ਆ ਟਰੈਵਲ ਕਰਨਗੇ ਇਸ ਕਰਕੇ ਲੋਕਾਂ ਨੂੰ ਉਸੇ ਹੀ ਤਰ੍ਹਾਂ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਆ ਔਰ ਬੱਸਾਂ ਦੇ ਵਿੱਚ ਜਿਹੜੇ 50% ਜਿਹੜੇ ਸਵਾਰੀਆਂ ਪਸੰਜਰ ਟਰੈਵਲ ਕਰ ਸਕਦੇ ਆ ਉਸੇ ਸਮਾਂ ਨਾਲ ਹੀ ਜਿਹੜਾ ਉਹ ਲੋਕੀ ਆਪਣਾ ਟਰੈਵਲ ਕਰਨ ਤਾਂ ਜੋ ਅਸੀਂ ਇਸ ਬਿਮਾਰੀ ਤੋਂ ਸਾਰੇ